اعوذ باللہ من الشیطان الرجیم، بسم اللہ الرحمن الرحیم. السلام علیکم میری پیاری یوٹیوب فیملی، کیا حال ہیں تواڈے؟ امید کرنی ہاں کہ تسا سب خیر خیریت تے نال ہو سو، اپنے گھراں دے وچ آباد تے شاد ہو سو. میری دعا ہے کہ تسا جت وی رہو سلامت رہو، اللہ پاک تو لمبی زندگی عطا کرے، آمین سم آمین. ویورز، ولاگ ساڈا سٹارٹ تھی چکے کیونکہ اج میں اپنی جڑی سبزیاں دی کھیل ہے اوکوں میں صاف ستھرا کرنے ਤੇ ਉਹਦੀ ਸਾਰੀ ਜਿਹੜੀ ਹਿਫਾਜ਼ਤ ਹੈ ਉਹ ਕਰਨੀ ਹੈ ਕਿਉਂਕਿ ਤੁਸੀਂ ਇੱਥਾਂ ਕੇ ਦੇਖ ਸਕਦੇ ਵੇ ਇਹ ਮੇਰੇ ਫੁੱਲ ਸ਼ੁੱਲ ਜਿਹੜੇ ਹਨ ਇਹਨਾਂ ਉੱਤੇ ਜੜੀ ਪਈ ਹੈ ਮਿੱਟੀ ਦੇ, ਇਹਨਾਂ ਕੋ ਲੱਗੀ ਪਈ ਕੋਈ ਬਿਮਾਰੀ ਦੇ. ਮੈਂ ਸੋਚਿਆ ਕਿ ਇਹਨਾਂ ਕੋ ਜਲਦੀ ਜਲਦੀ ਨਾਲ ਧੋਵਾਂ. ਵੱਲ ਵਿਵਰਸ, ਅੱਜ ਇਹ ਹੈ ਮੇਰੀ ਰੂਟੀਨ ਹੋ ਸੀ, ਮੈਂ ਆਪਣੀ ਰੂਟੀਨ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਹਾਂ ਪੇੜ ਪੌਦਿਆਂ ਦੀ ਹਿਫਾਜ਼ਤ ਦੀ. ਇਹ ਦੇਖ ਸਕਦੇ ਵੇ ਤੁਸੀਂ ਇੱਕ ਦੇ ਥੱਲੇ ਤੁਸੀਂ ਗੰਧ ਦੇਖ ਸਕਦੇ ਵੇ, ਪੱਤੇ ਵਗੈਰਾ ਸਾਰੇ ਬਿਖਰੇ ਪੈਣ. ਇਹਨਾਂ ਕੋ ਮੈਂ ਸਾਫ਼ ਸੁਥਰਾ ਕਰੇ ਸਾਂ ਦੇ, ਇਹਨਾਂ ਕੋ ਸਾਫ਼ ਸੁਥਰਾ ਕਰਨ ਦੇ ਬਾਅਦ ਵੱਲ ਇਹਨਾਂ ਕੋ ਪਾਣੀ ਛਾਣੀ ਵੀ ਲੈ ਸੂੰ ਦੇ. ਇਹ ਤੁਸੀਂ ਇਹ ਫੁੱਲ ਛੁੱਲ ਦੇਖ ਸਕਦੇ ਹੋ, ਤੁਸੀਂ ਇਹਦੇ ਉੱਤੇ ਮਿੱਟੀ ਚੜ੍ਹੀ ਪਈ ਹੈ ਕਾਫੀ ਸਾਰੀ. ਇਹ ਇੱਕੋ ਮੈਂ ਪਾਣੀ ਲਾ ਦੇ ਧੋਣੇ ਵੀ. ਇਹ ਦੇਖੋ ਜੀ, ਇਹ ਪਾਣੀ ਛਾਣੀ ਮੈਂ ਚਵਾ ਕੇ ਦੇ, ਪਾਣੀ ਵੀ ਮਿੱਟੀ ਵਾਲਾ ਥੀ ਗਿਆ ਸਾਰਾ ਦੇ. ਇਹ ਅਸਾਂ ਸਿਰਫ ਇਹਨਾਂ ਪੌਦਿਆਂ ਕੋ ਧੋ ਸੂੰ, ਸਾਫ਼ ਸੁਥਰਾ ਕਰੇ ਸੂੰ. ਡਿੱਠੇ ਇਹਦੇ ਪੱਤਿਆਂ ਉੱਤੇ ਦੇਖੋ ਮਿੱਟੀ ਸਾਰੀ ਜੰਮੀ ਪਈ. ਇਹ ਵੱਲ ਮਿੱਟੀ 'ਚ ਫਰੀਜ ਵੀ ਇਹਨਾਂ ਦਾ ਵਾਲੇ ਪੱਤੇ ਗਲ ਵੇ ਨੇ, ਖਰਾਬ ਥੀ ਵੇ ਨੇ. ਅਸਲ ਇਸ ਕੱਲ੍ਹ ਮੇਰੀ ਇੱਕ ਸਟੂਡੈਂਟ ਇਹਨਾਂ ਪੌਦਿਆਂ ਕੋ ਪਾਣੀ ਦਿੱਤੇ ਤੋਂ ਅੱਛੀ ਤਰ੍ਹਾਂ ਕਹਿ ਨਹੀਂ ਦਿੱਤਾ, ਸਾਰੀ ਮਿੱਟੀ ਇਹਨਾਂ ਉੱਤੇ ਚੜ੍ਹਾਈਏ. ਇਹ ਵਜ੍ਹਾ ਤੋਂ ਮੈਂ ਕਿ ਅੱਜ ਮੈਂ ਇਹਨਾਂ ਦੀ ਆਪ ਹਿਫਾਜ਼ਤ ਕਰੇ ਸਾਂ. ਵਿਵਰਸ, ਅੱਜ ਮੈਂ ਆਪਣੀ ਖੇਲ ਦੇ ਵਿੱਚ ਜਿਹੜੇ ਮੇਰੇ ਪੌਦੇ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰੇ ਸਾਂ. ਮੈਂ ਨਵੇਂ ਪੌਦੇ ਵੀ ਲਾਏ ਮੀ ਗਰਮੀਆਂ 'ਚ ਵਾਲੋ ਜਿਵੇਂ ਵੱਡੇ ਥੀ ਸਨ, ਉਹ ਵੱਲ ਮੈਂ ਤੁਹਾਨੂੰ ਲਿਖੇ ਸਾਂ. ਇਹ ਵਿਵਰਸ ਤੁਸੀਂ ਦੇਖ ਸਕਦੇ ਵੇ, ਇਹ ਜੀ ਹਾਈਬ੍ਰਿਡ ਮਿਰਚ, ਇਹ ਹਰੇ ਮਿਰਚਾਂ ਦੇ ਪੌਦੇ ਹਨ. ਇਹ ਦੇਖੋ, ਇਹ ਵੀ ਪੌਦਾ ਖੜ੍ਹੇ ਥਿਆ. ਇਹ ਵੀ ਇਹਨਾਂ ਦੀ ਛੋਟੀ ਜਿਹੀ ਪਨੀਰੀ ਹੈ, ਮੈਂ ਲਈ ਆਵੀ. ਮੇਰੇ ਸਟੂਡੈਂਟ ਅਸਲ 'ਚ ਉਹਨਾਂ ਦੀ ਜਿਹੜੀ ਅੰਮੀ ਹੈ ਸਾਰਿਆਂ ਉਹ ਹੀ ਚੀਜ਼ ਦਾ ਕੰਮ ਕਰੇ ਨੇ ਖੇਤਾਂ ਦੇ ਵਿੱਚ, ਇਹ ਚੀਜ਼ਾਂ ਸਾਰਿਆਂ ਲੈ ਨੇ. ਵੱਲ ਇਹ ਉਹਨਾਂ ਮੇਰੇ ਪਨੀਰੀ ਯਾਦ ਦਿੱਤੀ ਹੈ ਅਤੇ ਮੈਂ ਇੱਥਾਂ ਕਿ ਆਪਣੇ ਘਰ 'ਚ ਲਈਏ. ਪਹਿਲੇ ਤਾਂ ਮੈਂ ਸੋਚਿਆ ਕਿ ਪਤਾ ਨਹੀਂ ਥੀ ਸਨ ਜਾਂ ਕਹਿਣਾ ਥੀ ਸਨ, ਲੇਕਿਨ ਸ਼ੁਕਰ ਹੈ ਕਿ ਥੀ ਇਹਨਾਂ ਦੀ ਗਰੋਥ ਹੁਣ ਥੀਂਦੀ ਪਈ ਹੈ. ਇਹ ਵਜ੍ਹਾ ਤੋਂ ਹੁਣ ਅੱਜ ਵੀ ਨਾ ਮੈਂ ਧੋਂਦੀ ਪਈ ਹਾਂ, ਸਾਫ਼ ਸੁਥਰਾ ਕਰਦੀ ਪਈ ਹਾਂ. ਇਹ ਦੇਖੋ, ਇਹ ਮਿੱਟੀ ਦੇ ਉੱਤੇ ਜੰਮੀ ਖੜੀ ਹੈ. ਦੇਖੋ, ਮੈਂ ਸੋਚਿਆ ਕਿ ਇਹਨਾਂ ਕੋ ਅਜਰੀ ਫਰੈਸ਼ ਪਾਣੀ ਛਾਣੀ ਮਾਰ ਦੇ ਦੇ, ਸਾਫ਼ ਸੁਥਰਾ ਕਰਾਂ. ਕੱਢਣ ਦੇ ਗੰਦੇ ਥਾਏ ਖੜੇ ਹਨ ਪੌਦੇ, ਮੈਂ ਇਹਨਾਂ ਨੂੰ ਵਧੀਆ ਰਹਿ ਗਈਆਂ ਤਾਂ ਬਸ ਵੱਲ ਇਹਨਾਂ ਦੀ ਹਿਫਾਜ਼ਤ ਹੀ ਨਹੀਂ ਕਰ ਸਕੀ ਅੱਛੀ ਤਰ੍ਹਾਂ ਨਾਲ. ਵਿਵਰਸ, ਇਹਦੇ ਇਲਾਵਾ ਇਹ ਤੁਸੀਂ ਦੇਖ ਸਕਦੇ ਵੇ ਜੀ, ਇਹ ਆਲੂ ਦਾ ਪੌਦਾ. ਮੈਂ ਆਪਣੇ ਘਰ 'ਚ ਆਲੂ ਪੂਰਾ ਵੀ ਜ਼ਮੀਨ ਦੇ ਵਿੱਚ, ਮੈਂ ਕਿ ਪਤਾ ਨਹੀਂ ਥੀਂਦੇ ਕਿ ਨਹੀਂ ਥੀਂਦਾ, ਲੇਕਿਨ ਅਲਹਮਦੁਲਿਲਾ ਆਲੂ ਦਾ ਥੀ ਹੈ. ਪਰ ਮੇਰੇ ਸਮਝ ਨਹੀਂ ਲੱਗੀ ਕਿ ਕਿੱਥੇ ਦਾ ਬੂਟਾ ਹੈ. ਮਾਸੀ ਮੇਰੇ ਕੋ ਆਦੇ ਦੱਸੇ ਨੇ ਕਿ ਇਹ ਆਲੂ ਦਾ ਬੂਟਾ ਹੈ ਅਤੇ ਇਹ ਇਨਸ਼ਾਲਾ ਆਲੂ ਵਿੱਚ ਜਿਲੇ ਲੱਗ ਸਨ ਤਾਂ ਆਪਾਂ ਲਿਖੇ ਸਾਂ. ਇਹ ਕੋਈ ਜਿਹੜੀ ਧੋਣੇ ਚਾ ਪਾਣੀ ਹੁਣ ਜਿਹੜੀ ਖਤਮ ਥੀ ਗਏ ਵੀ ਆ, ਪਾਣੀ ਹੁਣ ਮੈਂ ਭਰਵਾ ਗਿੰਦੀ ਹਾਂ. ਸ਼ਮਾ ਆਮਨਾ ਆਓ, ਮੇਰੇ ਕੋ ਪਾਣੀ ਭਰ ਦੇਵੋ. ਇਹ ਗਿਨੋ, ਪਾਣੀ ਮੁੱਕ ਹੈ. ਇਹ ਕੱਪ ਭਰੀ ਆਓ ਦੇਣਾ. ਇਹਨਾਂ ਦੇ ਵਿੱਚ ਕਿੱਥੇ ਉਹ ਲਾਲ ਮਈ ਜਿਹੜੀ ਉਹ ਲੁਕੀ ਪਈ ਹੈ. ਮੈਂ ਹੁਣ ਗੁਲੇਂਦੀ ਬੈਠੀ ਹਾਂ ਕਿ ਉਹ ਲਾਲ ਮਈ ਕਿੱਥਾਂ ਹੈ. ਇਤਨੀ ਦੇਰ ਜਬ ਤੱਕ ਉਹ ਪਾਣੀ ਭਰਦੇ ਆਵੇ, ਮੈਂ ਤਾਂ ਕੋ ਲਾਲ ਮਈ ਦਿਖਾ ਗਈ ਨਾ. ਇਹਨਾਂ ਆਲੂਆਂ ਦੇ ਬੂਟਿਆਂ ਦੇ ਵਿੱਚ ਲੁਕੀ ਪਈ ਹੈ. ਹੁਣ ਪਤਾ ਨਹੀਂ ਕਿਨ ਭੱਜ ਗਈ ਹੈ. ਇੱਥੇ ਕਿ ਲਾਲ ਮਈ ਹੈ ਸਹੀ ਹੈ, ਉੱਡੇ ਨਾ ਇੱਥਾਂ ਹੈ, ਇੱਥਾਂ ਹੈ ਲਾਲ ਮਈ ਵੜੀ ਉੱਡੇ.
आए और हाँ पकड़े वो पकड़े पकड़े वो यही पौधे दे खड़ी मैं पानी सटेंद मेरे को लगते उड़ गई है डर दे ओ तो भाई लाल रंग दिए मरो के नु को पानी सट छोड़े वे कि दे गई ढाय पई तले तले ढाय गई चलो चलो छोड़ो ए जी आलू को पानी लगता भाई। अच्छा जी ये देख सकते वे फोली सा साफ कर ही देते ये हम देखो मिर्चा अच्छा नहीं थी आया देखो ये हिना मेरे को मिर्चा आन दीते हिना बूटे छूटे आन दीते हैं वाल मैं अपने घर लाए मी इनशाला हम अच्छे थी आसे ना मैं कि इन्ना कुछ साफ सुथरा करा हाली चोपे छोपे तो हाँ एडे वधिए वधिए देखो ये देखो देखो ये आ गई वे लाल मई मैं ही कुड़े थी बैठी मैं कि वेलना मैं कितना है पता नहीं जिथे भी ये कि सोहनी लगती वधिए पौद्या उत्ते इंजॉय करें वधिए मैं हम पौद्या को साफ सुथरा किते मी ना हम टूरती फिरती वधिए ख्याल करे पेड़ देते से लग पे दौलते काफी थी पोसी चलो जी ए तो चल ठीक गया लाल मई तो वधी रहा सी ये देखो ये पौधे गंदे थे पैन इन्ना को जल्दी जल्दी धो पिछा थी वनो हूँ पिछा थी वनो काम करन दे मेको एक दा आ दे खराब करेंगे वे चाऊ ना को सही तरह पानी नहीं वेरेंदे सारी मिट्टी हूँ उत्ते ला दी वे ये देखो हूँ किमें थी फ्रैश दे ए साढ़े सुके धनिया सा लाया से हम सुके धनिया गए खराब थी हम इको सा पट गिनसू ए डिठे ए मुरझा गए बूटा ते इंदा हुन कोई फायदा कहनी फिजा एक मुंड छेक के ए दिखावे ए देखो जी इको सा मुंड छेक के देसे पर एक पासे इकट्ठा करें दीवा अच्छा जी होनी थवारी है जी मटरा दी व्यूअर से तोनल मैं शेयर कीतियां मटर सा लाया से फिजा दे मैं रल दे रे अल्हम्दुलिल्लाह मटर थी ए देखो जी तुसा फिजा बूटे को खड़ा कर ए देखो ए लोट दी वजह कुन्ना खड़ो खड़ो हाँ ए पट्टे सु हूँ लोट दी वजह कुनू बूटे सारे ढाए गए ए देखो जी ए हूँ मटर अस सोचे कि हूँ पट गिन बस हूँ पट ना गिनू हूँ इतना टाइम दे ज्यादा कहना है ना बस इन्ना को पट गिनने इन्ना मटर को इतों पट्टन के बाद ही खेल दे असा लेसू भिंडिया का बीज मतलब वो थोड़े ना शेयर करेसू हूँ ये फसल खा गिने क्योंकि देखो मटर हूँ पीले थे पैन बस इो एक पलो है जरा लासी जिथे वे अलहमदुल्ला सारे घर मटर लगे पैन ये देखो जी ये देखो कितने अच्छे लगे पैन फिजा जी हाँ वे छोड़ दाना थी है दाना थी है खड़े हाँ थी है हाँ बाजी है तो सदर छोटा दाना ए पल्ली नहीं हाँ पास्ते खाओ मिल चल तू इधर बैठी है थी ना मेरे को तो कच्ची अच्छी ना खाओ मरता शौक के आगे पार्ट देखाओ अच्छा हाँ हूँ तो रोज आए मेरे पता है मेरे को मशवरा जो ऐसा देंदी पे चलो जी हूँ इन्ना को समटर कोई पटेने ये हूँ जी बिस्मिल्ला पढ़ते समटर को हाथ लेंदे पे ये देखो जी ये मटर आ गया ये मैं कि हूँ पट गिना बस जेडे घर लगते पैन लग गए उनके अलावा हूँ कोई ना हूँ नहीं थी मेरे वाल भिंडिया कहना लग सन भिंडिया का टाइम खत्म थी पाए बस जेडे खाने से खा गए से मास एक दफा लग सन मन चीज अड़ी है वनोड़ी प्लेट चावो प्लेट चावो मटर कठे करे सो देख सु चोखे लथे मन अंदर मन पट्टो पट्टो ख्याल ना लेवे हुन जी ना वो एक हिन ए भी पकड़ बै जारा आए शाबाश काबू कर बै ए जी वीवर साडे घर दी खेती देखो साडे धियात ता इहो मजा है जेडी शै घर चलो थी वेंदे कीवे छोरी बजिया मजे हैं कि कहनी अल्लाह का शुक्र है ना
ਅੱਲਾ ਪਾਕ ਦਾ ਲੱਖ ਸ਼ੁਕਰ ਹੈ। ਦੇਖੋ ਸਬਜ਼ੀਆਂ ਲੈਣੇ ਅਥੀਆਂ ਨੇ, ਮਾਸ਼ਾਅੱਲਾ ਜਿਹੜੀ ਚੀਜ਼ ਲਾਉਣ ਨਾ ਘਰ ਥੀ ਵੈਂਦੀ ਹੈ, ਘਰ ਵਾਲੀ ਚੀਜ਼ ਉੱਥੋਂ ਅੱਛੀ ਹੈ ਨਾ, ਸਾਫ਼ ਸੁਥਰਾ। ਆਪਾਂ ਪਾਣੀ ਲੈਣੇ ਆਏ ਕੋ ਉੱਥੇ ਮੈਂ ਸ਼ੂ ਸ਼ੂ ਕਰਦੇ। ਚੱਲ ਇੱਕ ਮੁੰਡੂ ਛੱਕੇ ਨਾਲ ਬੂਟੇ ਕੋ, ਸਾਰਿਆਂ ਹਾਂ ਸਾਰਿਆਂ ਛੱਕੇ ਨਾਲ ਆਰਾਮ ਆਰਾਮ ਨਾਲ ਐਵੇਂ, ਕਿਉਂਕਿ ਹੁਣ ਇਹ ਆਪਾਂ ਪੱਟ ਕੇ ਦੇਸੇ ਦਾ ਮਟਰ, ਇਹ ਕਿਨੋ ਮਟਰ ਦੇ ਪਲੇਟ ਆ ਗਈ ਵੇ, ਪਲੇਟ ਆ ਗਈ ਵੇ, ਰੱਖੋ ਥੋਮ ਨਾ ਛਿੱਕਾ ਹਾਲੀ ਨਾਲ ਦੇ ਨਾਲ ਘਾਹ ਵੀ ਪਟੇਂਦੇ ਬਾਈ। ਉਹ ਪਹਿਲੇ ਮਟਰ ਦਾ ਕੱਟ ਗਈ ਨਾ, ਉਹ ਮਟਰ ਦੇਖਾ ਉਤੇ ਉਹ ਸਿੰਧਣਾ ਕੋਈ ਖੜੇ ਤਾਂ ਨਹੀਂ। ਚਲੋ ਚਲੋ ਬਸ ਠੀਕ ਹੈ, ਇਹ ਨਹੀਂ ਖੜਾ ਇਹ ਦੇਖੋ, ਚੱਲ ਪਾ ਇਹ ਤਾਂ ਮਟਰ। ਚਲੋ ਗਿਨੋ ਬਾਏ ਪੱਟੋ, ਹਾਂ ਇਹ ਛੇਕ ਗਿਆ ਮਟਰ ਪੱਟ ਕੇ ਦੇ ਸਾਰੇ ਤੂੰ। ਚਲੋ ਇਹਨੇ ਸੱਟੋ ਇਹ ਤਾਂ, ਚਲੋ ਜੀ ਵਾਲੀ ਅਲਹਮਦੁਲਿਲਾ ਵਿਵਰਸ। ਇਹ ਦੇਖੋ ਜੀ ਸਾਡੇ ਮਟਰ ਜਿਹੜੇ ਹਨ ਇਹ ਥੈਨ ਦੇ, ਚਲੋ ਖੈਰ ਇਹ ਹਾਂ ਇਹ ਗਾਂਦੂ ਨੂੰ ਵੀ ਜ਼ਿਆਦਾ ਇਵੇਂ ਥੀਂਦੇ ਸਬਜ਼ੀ ਦਾ ਇਵੇਂ ਥੀਂਦੇ। ਚਲੋ ਮੈਂ ਸ਼ੌਕ ਦੇ ਤੌਰ ਦੇ ਘਰ 'ਚ ਲੈਣੀ ਆ, ਮੇਰਾ ਸ਼ੌਕ ਹੀ ਪੂਰਾ ਥੀਵੇਂ ਦੇ। ਹੁਣ ਬਏ ਬਏ ਮਟਰ ਘਰ 'ਚ ਪੈਣ ਥੈ ਉਹਨਾਂ ਦੇ ਰਲੇ ਰਲਾ ਦੇ ਦੇ ਇਸਤੇਮਾਲ ਕਰ ਵੇਸੂੰ। ਇਹ ਦੇਖੋ ਜੀ ਇਹ ਸਾਡੇ ਘਰ ਦੇ ਮਟਰ ਨੇ, ਆਓ ਜੀ ਇਹ ਹੁਣ ਰੱਖਾਓ ਅਤੇ ਹੁਣ ਵੀ ਆਹ ਇੱਕ ਕੰਮ ਕਰੇ ਨੇ ਨਾ ਭਿੰਡਿਆਂ ਦਾ ਵੱਲ ਬਾਅਦ ਚਲੇ ਸੂ, ਹਾਂ ਹੀ ਜਗ੍ਹਾ 'ਤੇ ਖੇਲ ਬੜੇ ਸੂ, ਕੱਲ੍ਹ ਖੇਲ ਬੜੇ ਸੂ, ਅੱਜ ਨਾ ਇਨਸ਼ਾਅੱਲਾ ਕੱਲ੍ਹ ਦੇ ਵਲੌਗ ਦੇ ਵਿੱਚ ਪਲ ਖੇਲ ਬੜੇ ਸੂ ਅਤੇ ਭਿੰਡਿਆਂ ਲੈ ਸੂ ਤੁਹਾਡੇ ਨਾਲ ਸ਼ੇਅਰ ਕਰੇ ਸੂ, ਅਤੇ ਹੁਣ ਜੋ ਲੋੜ ਦੇਖੋ ਉਹ ਮੈਂ ਸਹੀ ਕਰਨਾ ਹੈ ਇੰਥੀ ਬਣੋ। ਹਾਂ ਇਹ ਸਾਰੇ ਦੇਖ ਇਹਨਾਂ ਕੋਲ ਲੱਗੀ ਖੜੀ ਵੇ ਬਿਮਾਰੀ ਡਿੱਠੇ ਵੇ ਇਹ, ਹਾਂ ਇਹ ਲਾਲ ਮੈਂ ਵੀ ਇਹਨਾਂ ਸਾਰਿਆਂ ਉੱਥੇ ਲੱਗੀ ਖੜੇ ਬਿਮਾਰੀ, ਇੱਕ ਸਾਰੇ ਕੋ ਮੁੰਡੋ ਛਿੱਕੋ ਦੇ ਖਾਲੀ ਕਰੋ ਛੇਕ ਗਿਨੋ ਮੁੰਡੂ ਚਮੀ ਇਹ ਤੂੰ ਲਾਲ ਮਈ ਕੋ ਲਹਾ ਲਹਾ ਦੇ ਉਹਨਾਂ ਪੌਦਿਆਂ ਉੱਤੇ ਸੱਟਾ ਵਨ ਸਾਫ਼ ਪੌਦਿਆਂ ਉੱਤੇ। ਪੁਦੀਨੇ ਦਾ ਖਿਆਲ ਕਰਾਏ ਵਿੱਚ, ਮੇਰਾ ਪੁਦੀਨਾ ਲਗਾ, ਮੇਰਾ ਪੁਦੀਨਾ ਲਗਾ ਖੜੇ ਵਿੱਚ ਖਿਆਲ ਕਰਾਏ ਦਾ ਇਹ ਸਾਈਡ ਦੇ ਖਿਆਲ ਇਹਦੇ ਕੋਲ ਇੱਥੇ ਵੇ ਪੁਦੀਨਾ ਹੈ ਇਹ ਗਾਂਦੇ ਸੱਟੋ ਉਡੇ ਵੰਦੇ ਟੋਕਰੀ ਸੱਟੋ ਡਸਟਬੀਨ ਸੱਟੋ। ਚਲੋ ਜੀ ਇਹ ਠੀਕ ਗਿਆ, ਹੁਣ ਹੀ ਜਗ੍ਹਾ ਦੇ ਵਾਲੀ ਇਨਸ਼ਾਅੱਲਾ ਕੱਲ੍ਹ ਕੋਈ ਬਾਈ ਸਬਜ਼ੀ ਸਬਜ਼ੀ ਕਸ਼ਾ ਲੈ ਸੂੰ, ਇਹਦੇ ਫੂਦਨਾ ਖਿੰਡੇ ਸਾਂ ਦੇ ਇੱਥਾਂ ਲੈ ਸੂੰ ਭਿੰਡਿਆਂ ਵੱਲ, ਕੱਲ੍ਹ ਜਿਹੜੇ ਭਿੰਡਿਆਂ ਦੀ ਫਸਲ ਲੈ ਸੂੰ ਦੇ ਵੱਲ ਤੁਹਾਡੇ ਨਾਲ ਕਰੇ ਸੂ ਸ਼ੇਅਰ। ਇਹ ਗਾਹ ਵੀ ਪੱਟ ਗਿਨੋ ਜਲਦੀ ਕੋਲ, ਅੱਜ ਖੇਲ ਮੇਰੇ ਕੋਲ ਸਾਫ਼ ਸੁਥਰੀ ਚਾਹੀਦੀ ਹੈ ਸੁਣੇ ਵੇ। ਠੀਕ ਹੈ ਜੀ ਹੁਣ ਵੀਡੀਓ ਦੱਸ ਕਰੇ ਨੇ ਐਂਡ, ਇਹ ਦੇਖੋ ਚਲੋ ਖੜੋ ਇਹ ਦਿਖਾਈ ਮੈਨੂੰ ਇੱਕ ਦਫ਼ਾ, ਇਹ ਦੇਖੋ ਇਹ ਸਾਡੇ ਇਹ ਦਾਣੇ ਸਹੀ ਖਾਣੇ ਥਾਏ ਉਹ ਕਿਵੇਂ ਗੰਦੇ ਸੀ ਗਏ। ਠੀਕ ਹੈ ਜੀ ਚਲੋ ਹੁਣ ਇਹਦੀ ਸਫਾਈ ਕਰੋ, ਇਹ ਇਹ ਫੁੱਲ ਨਹੀਂ ਨਾ ਕੁਝ ਨਾ ਕਰੇ ਡਿੱਠੇ ਵੇ ਇਹ ਫੁੱਲ ਠੀਕ ਹੈ ਜੀ। ਹਾਂ ਹੈ ਨਾ ਇਹ ਤੁਹਾਡੀ ਕੰਮ ਖਰਾਬ ਹੈ ਤੁਸੀਂ ਜਿਹੜੇ ਮੇਰੇ ਤੂੰ ਉੱਥੋਂ ਕਹਿ ਹਾਂ ਜਿਹੜੇ ਮੁੰਡੂ ਪੀਲੇ ਥੈਖਣੇ ਨਾ ਦਾਣਿਆਂ ਦੇ ਛੇਕੇ ਸਿਰਫ ਦਾਣੇ ਛੇਕ ਗਿਨੋ ਇਹ ਉਰਲੇ ਪਾਸੇ। ਹਾਂ ਫਿਰ ਇੱਥੇ ਕਹਿ ਫਿਰ ਇੱਥੇ ਟਮਾਟਰ ਸੱਟੇ ਵੀ ਇਵੇਂ ਥੀ ਆਪਾਂ ਟਿਪੀ। ਚਲੋ ਇਹ ਵੇ ਆਲੂ ਆਲੂ ਦੇਖੋ ਮੇਰੇ ਕੋਲ ਆਲੂ ਦੇ ਖੁਸ਼ੀ ਸਾਰੀ ਸਫਾਈ ਕਰੋ ਸਾਰੀ ਸਫਾਈ ਕਰੋ ਇਹ ਛੋਟਾ 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 ਘਾਹ ਕੱਢ ਕੇ ਨੇ ਫਿਰ ਜ਼ਹਾਲੀ ਲੋਣਾ ਕੱਢ ਕੇ ਨੇ ਕਿਹੜੀ ਆ ਇਹ ਕਹੇ ਹਾਂ ਇਹ ਤੰਦੂ ਅਯੋ
ਵੀਵਰਸ ਇਹ ਸਾਡਾ ਫਾਲਸਾ ਵੀ ਦੇਖੋ ਤੁਸੀਂ ਮਾਸ਼ਾਅੱਲਾ ਇਹ ਵੀ ਬੂਰ ਚੇਂਦਾ ਪਿਆ ਹੁਣ ਇੱਕੋ ਸਾਂ ਟਿਕਾ ਦੇ ਪਾਣੀ ਦੇਣੇ ਦੇ ਇਹਦੇ ਹੁਣ ਫੁੱਲ ਛੁੱਲ ਨਿਕਲਦੇ ਪੈਣ ਇਹ ਦੇਖੋ ਇਹ ਪੀਲੇ ਰੰਗ ਦੇ ਫੁੱਲ ਨਿਕਲਦੇ ਪੈਣ ਫਾਲਸੇ ਦੇ ਜਿਵੇਂ ਵੱਲ ਫਾਲਸਾ ਲਕਸੀ ਤੁਹਾਨੂੰ ਸ਼ੇਅਰ ਕਰੇ ਸੂੰ ਤਾਂ ਲਿਖੇ ਸੂੰ ਹੁਣ ਅਸੀਂ ਵੀਡੀਓ ਦਾ ਐਂਡ ਕਰੀਨੇ ਆਪਣਾ ਢੇਰ ਸਾਰਾ ਖਿਆਲ ਰੱਖਾਏ ਦੁਆ ਦੇ ਵਿੱਚ ਯਾਦ ਰੱਖਾਏ ਵੀਡੀਓ ਕੋ ਫੁੱਲ ਵਾਚ ਕਰਾਏ ਅੱਲਾ ਹਾਫਿਜ਼ ਵਿਊਅਰਸ ਉਮੀਦ ਹੈ ਕਿ ਅੱਜ ਦਾ ਵਲੋਗ ਤੁਹਾਨੂੰ ਪਸੰਦ ਆਇਆ ਸੀ ਹੁਣ ਸਾਨੂੰ ਇਜਾਜ਼ਤ ਦਿਓ ਆਪਣਾ ਢੇਰ ਸਾਰਾ ਖਿਆਲ ਰੱਖਾਏ ਦੁਆਵਾਂ ਦੇ ਵਿੱਚ ਯਾਦ ਰੱਖਾਏ ਮਿਲ ਸੂੰ ਇੱਕ ਨਵੇਂ ਵਲੋਗ ਦੇ ਵਿੱਚ ਇੱਕ ਨਵੇਂ ਖੂਬਸੂਰਤ ਕੰਟੈਂਟ ਦੇ ਨਾਲ ਅੱਲਾ ਹਾਫਿਜ਼।